ਸੂਬੇ 'ਚ ਕਾਨੂੰਨ ਵਿਵਸਥਾ ਇਸ ਕਦਰ ਵਿਗੜ ਚੁੱਕੀ ਹੈ ਕਿ ਇੱਥੇ ਲੁੱਟਾਂ ਖੋਹਾਂ ਕਰਨੀਆਂ ਜਿਵੇਂ ਖੇੜੀ ਬਣ ਗਈਆਂ ਹੋਣ ਅਤੇ ਹਥਿਆਰ ਜਿਵੇਂ ਖਿਡੌਣੇ ਬਣ ਗਏ ਹੋਣ, ਕਿਉਂਕਿ ਜਿੱਥੇ ਜੀ ਕਰਦਾ ਹੈ ਕੋਈ ਨਾ ਕੋਈ ਬੰਦੂਕ ਦੀ ਨੋਕ ਉੱਤੇ ਵਾਰਦਾਤ ਕਰਕੇ ਫਰਾਰ ਹੋ ਜਾਂਦਾ ਹੈ। ਅਜਿਹਾ ਮਾਮਲਾ ਮੁਕੇਰੀਆ ਦਾ ਸਾਹਮਣੇ ਆਇਆ ਜਿੱਥੇ ਲੁਟੇਰੇ ਪਿਸਤੌਲ ਦੀ ਨੋਕ ਉੱਤੇ ਇੱਕ ਕਾਰ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ। ਮੁਕੇਰੀਆ ਦਾ ਰਹਿਣ ਵਾਲਾ ਪ੍ਰਵੀਨ ਜੋ ਕਿ ਸਾਊਦੀ ਅਰਬ ਤੋਂ ਛੁੱਟੀ ਆਇਆ ਹੋਇਆ ਸੀ ਅਤੇ ਜਦੋਂ ਇਹ ਹੁਸ਼ਿਆਰਪੁਰ ਦੇ ਲਾਗਲੇ ਪਿੰਡੋਂ ਆਪਣੀ ਕਾਰ ਲੈ ਕੇ ਨਿਕਲ ਰਿਹਾ ਸੀ ਤਾਂ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਉਸਦੀ ਕਾਰ ਅੱਗੇ ਮੋਟਰਸਾਈਕਲ ਲਾਇਆ ਅਤੇ ਉਸ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਨਾਲ ਹੀ ਉਸਦੀ ਕਾਰ ਲੈ ਕੇ ਵੀ ਫਰਾਰ ਹੋ ਗਏ। ਮੈਂ ਆ ਰਿਹਾ ਸੀ ਸੂਦ ਫਾਰਮ ਤੋਂ, ਮੈਂ ਦੇਖਣ ਗਿਆ ਸੀ। ਤੁਸੀਂ ਕਿੱਥੇ ਰਹਿਣ ਵਾਲੇ? ਮੈਂ ਵੈਸੇ ਬਿਲੋਂਗ ਕਰਦਾ ਮੁਕੇਰੀਆਂ ਤੋਂ ਭਾਅ ਜੀ, ਅਤੇ ਮੈਂ ਇੱਥੇ ਆਪਣੇ ਮਾਸੀ ਕੋਲ ਆਇਆ ਪਿਆ ਸੀ ਅਤੇ ਮੈਂ ਜਿੱਦਾਂ ਹੀ ਅਚਾਨਕ ਨਿਕਲਿਆ, ਮੈਂ ਕੁੱਤਾ ਦੇਖਣ ਨਿਕਲਿਆ ਵਾਸਤੇ ਸੂਦ ਫਾਰਮ 'ਤੇ, ਸਟੈਰੀ ਖੁਰਦੇ ਰਹਿੰਦੇ ਸੀ ਅਤੇ ਮੈਂ ਇੱਦਾਂ ਹੀ ਨਿਕਲਿਆ, ਮੈਂ ਕੁੱਤਾ ਦੇਖਣ ਵਾਸਤੇ ਨਿਕਲਿਆ ਜੀ ਸਟੈਰੀ ਖੁਰਦ ਨੂੰ ਅਤੇ ਸੂਦ ਫਾਰਮ ਸੋਰੀ, ਅਤੇ ਮੈਂ ਉੱਧਰੋਂ ਘੁੰਮਦਾ ਫਿਰ ਮੈਂ ਇੱਧਰੋਂ ਨਿਕਲਿਆ, ਮੈਂ ਚਲੋ ਬੱਸ ਸਟੈਂਡ ਤੋਂ ਸਿੱਧਾ ਘਰ ਨੂੰ ਚਲ ਜਾਵਾਂਗਾ। ਰਸਤੇ ਵਿੱਚ ਮੈਨੂੰ ਕਾਲ ਆਈ, ਮੈਂ ਕਾਲ ਸੁਣਨ ਵਾਸਤੇ ਆਪਣਾ ਗੱਡੀ ਸਾਈਡ 'ਤੇ ਲਾਈ, ਲਿਆ ਕੇ ਮੋਟਰਸਾਈਕਲ ਅੱਗੇ ਲਾ ਕੇ ਅਤੇ ਮੈਂ ਤੋਂ ਹੱਥ ਫਾਈ ਕੀਤੀ ਪਹਿਲੇ ਅਤੇ ਬਾਅਦ ਚੋਂ ਕਿਰਪਾਨ ਮਾਰ ਕੇ ਅਤੇ ਗੱਡੀ ਲੈ ਕੇ। ਤੁਹਾਡੀ ਪਛਾਣਦੇ ਸੀ ਬੰਦੇ? ਨਹੀਂ ਪਛਾਣਦੇ ਨਹੀਂ ਹੈਗੇ ਸੀ। ਠੀਕ ਹੈ, ਤੁਸੀਂ ਬਾਈਕ ਦਾ ਨੰਬਰ ਨੋਟ ਕੀਤਾ? ਨਹੀਂ, ਉਹ ਨਹੀਂ ਮੈਂ ਕੀਤਾ। ਪਾਚੇ ਨੂੰ ਕੁਛ ਕਿਹਾ ਵੀ ਉਹਨਾਂ ਨੇ ਹੋਰ ਕੋਈ ਗੱਲ? ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੇਰੀ ਸਫਾਰੀ ਦਿੱਤੀ ਹੋਈ ਕਿਸੇ ਨੇ, ਤੇਰੀ ਸਫਾਰੀ ਦਿੱਤੀ ਹੋਈ? ਹਾਂਜੀ, ਮਾਰਨ ਦੀ। ਠੀਕ ਹੈ, ਹਾਂਜੀ, ਬਸ ਇਹੀ। ਤਿੰਨ ਜਣੇ ਸੀ? ਕੌਣ ਸੀ? ਕਿੰਨੇ ਜਣੇ? ਤਿੰਨ ਜਣੇ ਸੀ ਭਾਜੀ। ਤੁਹਾਡੇ ਨਾਲ ਕੌਣ ਸੀ? ਮੇਰੇ ਨਾਲ ਮੇਰੇ ਫਰੈਂਡ ਸੀ, ਮੇਰੇ ਕੌਣ? ਮੇਰੀ ਗਰਲਫ੍ਰੈਂਡ ਸੀ ਮੇਰੀ। ਮੌਕੇ ਤੇ ਪਹੁੰਚੀ ਪੁਲਿਸ ਜਾਂਚ ਵਿੱਚ ਜੁਟ ਚੁੱਕੀ ਹੈ ਅਤੇ ਪ੍ਰਵੀਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਮੁੰਡਾ ਪ੍ਰਵੀਨ ਕੁਮਾਰ ਹੈ, ਇਹ ਆਪਣੇ ਸੂਦ ਫਾਰਮ ਤੋਂ ਇੱਧਰ ਨੂੰ ਜਾ ਰਿਹਾ ਸੀਗਾ ਬੱਸ ਸਟੈਂਡ ਵਾਲੇ ਪਾਸੇ ਅਤੇ ਇੱਥੇ ਰਾਹ 'ਚ ਕਹਿੰਦਾ ਕਿ ਇਹਦੇ ਦੱਸਣ ਅਨੁਸਾਰ ਇਹ ਕਹਿ ਰਿਹਾ ਕਿ ਅਪਾਚੀ ਦੇ ਤਿੰਨ ਜਾਣੇ ਆਏ ਮੁੰਡੇ ਅਤੇ ਅਨਨੋਨ ਬੰਦੇ, ਉਹਨਾਂ ਨੇ ਰੋਕ ਕੇ ਅਤੇ ਗੱਡੀ ਖੋ ਕੇ ਲੈ ਗਏ। ਤੇ ਕੀ ਕੁਛ ਉਹਨਾਂ ਕੋਲ ਹਥਿਆਰ ਹਥਿਆਰ ਵੀ ਸੀਗੇ ਕੋਈ? ਹਾਂ, ਇਹ ਦੱਸ ਰਿਹਾ ਹੈ। ਕੀ ਦੱਸ ਤੋਂ ਕੀ ਵੈਪਨ ਵਗੈਰਾ ਸੀਗੇ ਤੇ ਕਹਿ ਲਓ ਸਮਥਿੰਗ ਸ਼ਾਰਪ ਵੈਪਨ। ਤੇ ਇਹਦੇ ਕੋਲ ਪੈਸੇ ਵੀ ਕੋਈ ਖੋਏ ਕਿ ਸਿਰਫ ਗੱਡੀ ਖੋਈ ਹੈ? ਇਕੱਲੀ ਗੱਡੀ ਕਹਿ ਰਿਹਾ, ਬਾਕੀ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਅੱਗੇ ਆਊਗਾ ਤੁਹਾਨੂੰ ਦੱਸਿਆ ਜਾਊਗਾ। ਹੁਸ਼ਿਆਰਪੁਰ ਤੋਂ ਸੁਨੀਲ ਲਾਖਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।